हां जी अस्सलाम वालेकुम साहब नु मैं आदिल जमाल तुसी देख रहे हो एबीसीडी पंजाबी लो जी मैं वीडियो लेके आया हूं तोरली मुत्रशीन जी विले हवाले नाल ते मुत्रशीन जी विले जिदे ਲਈ काफी ਸਕੂਲਾਂ ਨੇ ਪ੍ਰੋਟੈਸਟ ਕੀਤਾ ਕਿ ਬਹੁਤ ਜ਼ਿਆਦਾ ਲੇਟ ਓਪਨ ਹੋ ਰਹੇ ਨੇ ਜਾਂ ਓਪਨ ਨਹੀਂ ਹੋ ਰਹੇ ਔਰ ਫਾਈਨਲੀ ਡੇਟ ਮਿਲ ਗਈ ਹੈ ਸਾਨੂੰ ਫਾਈਨਲੀ ਡੇਟ ਜਿਹੜੀ ਹੈ ਥਿਉਰੀ ਔਰ ਪ੍ਰੈਕਟੀਕਲ ਦਾ ਐਗਜ਼ਾਮ ਲਈ 3 ਜੂਨ ਹੈ 3 ਜੂਨ ਤੋਂ ਬਾਅਦ ਥਿਉਰੀ ਜਾਂ ਪ੍ਰੈਕਟੀਕਲ ਦਾ ਐਗਜ਼ਾਮ ਕੋਈ ਪ੍ਰਾਈਵੇਟ ਹੋਵੇ ਪਾਵੇਂ ਸਕੂਲ ਦੇ ਥਰੂ ਹੋਵੇ ਉਹ ਅਪਲਾਈ ਕਰ ਸਕਦੇ ਨੇ ਕਰਾ ਸਕਦੇ ਨੇ ਤੇ ਇਦੇ ਤੋਂ ਇਲਾਵਾ ਮੈਂ ਤੁਹਾਨੂੰ ਅਪਡੇਟ ਕੀਤੀ ਸੀ ਕੀਤੀ ਸੀ ਪਿਛਲੇ ਦਿਨਾਂ ਵਿੱਚ ਕਿ ਮਮਕਨ ਹੈ ਸ਼ਾਇਦ ਕੋ ਮੋਡੀਫਿਕੇਸ਼ਨ ਹੋਵੇ ਕਵਾਨੀਨ ਦੇ ਵਿੱਚ ਥਿਉਰੀ ਦੇ ਵਿੱਚ ਔਰ ਪ੍ਰੈਕਟੀਕਲ ਦੇ ਵਿੱਚ ਉਸ ਤਰ੍ਹਾਂ ਦੀ ਮੋਡੀਫਿਕੇਸ਼ਨ ਕੋਈ ਵੀ ਨਹੀਂ ਹੋ ਰਹੀ ਫਿਲਹਾਲ ਹਾਲ ਦੀ ਘੜੀ ਕੋਈ ਵੀ ਮੋਡੀਫਿਕੇਸ਼ਨ ਦੀ ਖਬਰ ਨਹੀਂ ਹੈ ਫਿਲਹਾਲ ਹਾਲ ਦੀ ਘੜੀ ਜਿਹੜਾ ਡਿਸੀਜਨ ਹੈ ਉਹ ਮੋਤਰਸ਼ਿਓ ਨੇ ਥੀ ਚਿਵੀਲੇ ਦੇ ਕਾਪ ਤੋਂ ਤਰਫੋਂ ਯੇ ਨਿਮੰਿਸਟਰੋ ਡਲ ਟ੍ਰਾਂਸਪੋਰਟੋ ਦੇ ਕਾਪ ਤੋਂ ਤਰਫੋਂ ਲਿਆ ਗਿਆ ਹੈ ਕਿ ਜਿਹੜੇ ਇਗਜ਼ਾਮੇ ਦੀ ਥਿਉਰੀ ਹੈ ਉਹ ਸਕੂਲਾਂ ਦੇ ਥਰੂ ਨਹੀਂ ਦਿੱਤਾ ਜਾਏਗਾ ਜੇ ਕੋਈ ਪ੍ਰਾਈਵੇਟ ਤਰੀਕਾ ਹੈ ਭਾਵੇਂ ਕੋਈ ਸਕੂਲ ਦੇ ਥਰੂ ਹੈ ਇਗਜ਼ਾਮੇ ਦੀ ਥਿਉਰੀ ਹੈ ਜਿਹੜਾ ਉਹ ਮਤਰਿਸ਼ਿਓ ਨੇ ਚਵੀਲੇ ਦੀ ਤਰਫੂਹੀ ਲਿਆ ਜਾਏਗਾ ਔਰ ਮਜ਼ੀਦ ਜੇ ਇੰਤਜ਼ਾਮਾਤ ਕਰਨੇ ਪਏ ਤਾਂ ਉਹ ਵੀ ਮਤਰਿਸ਼ਿਓ ਨੇ ਚਵੀਲੇ ਹੀ ਕਰੇਗਾ ਔਰ ਇਗਜ਼ਾਮੇ ਦੀ ਪ੍ਰੈਕਟੀਕਲ ਦਾ ਇਗਜ਼ਾਮ ਜਿਹੜਾ ਸੀ ਜਿਹਦੇ ਵਿੱਚ ਦਿਖਿਆ ਸੀਗੇ ਇਹ ਜਿਹੜਾ ਇਨਸਟ੍ਰਕਟਰ ਆਵੇਗਾ ਜਾਂ ਜਿਹੜਾ ਟੀਚਰ ਹੋਵੇਗਾ ਤੁਹਾਡਾ ਉਹ ਐਗਜ਼ਾਮੀਨੇਟਰੀ ਉਹ ਜਿਹੜਾ ਤੁਹਾਡਾ ਟੀਚਰ ਹੈ ਉਹ ਬਾਹਰ ਖੜੇ ਹੋਣਗੇ ਤੁਸੀਂ ਇਕੱਲੇ ਗੱਡੀ ਚਲਾਓਗੇ ਕੋਵਿਡ-19 ਦੀ ਵਜ੍ਹਾ ਨਾਲ ਲੇਕ ਉਸ ਤਰ੍ਹਾਂ ਦਾ ਵੀ ਕੋਈ ਡਿਸੀਜਨ ਜਿਹੜਾ ਐਕਸੈਪਟੇਬਲ ਨਹੀਂ ਹੋਇਆ ਹਾਂ ਏhtiyati tadabeer zaroor vartiyan jaan ge ehtiyat zaroor kiti jayegi saavdhani varti jayegi lekin is tarah di koi bhi news nahi hai ke oh andar nahi baithan ge bahar khade ho ke tuhanu observe karn ge is tarah di koi bhi cheez minister of transport tarafon unhone final decision de ditta hai unhone accept ਨਹੀਂ ਕੀਤੀ ਤੇ ਬਹੁਤ ਸਾਰੇ ਕਿਸੇ ਸਭ ਨੂੰ ਕੰਗ੍ਰੈਚੁਲੇਸ਼ਨ ਮੁਬਾਰਕਾਂ ਜੀ ਅਗਲੇ ਨਿਜ਼ਾਮ ਨਾਲ ਹੀ ਸਭ ਕੁਝ ਚੱਲੇਗਾ ਮਟਰਸ਼ੇਨ ਜਵੀਲੇ ਦਾ ਸਿਸਟਮ ਔਰ ਜਿਹਨਾਂ ਜਿਨ੍ਹਾਂ ਦੇ ਇਥਿਉਰੀ ਕਲੀਅਰ ਹੈ ਜਿਨ੍ਹਾਂ ਦੇ ਇਗਜ਼ਾਮ ਦੇ ਗਵੀਦਾ ਰਹੇ ਨੇ ਉਹ ਆਪਣੇ ਗਵੀਦੇ ਵਗੈਰਾ ਕਰਨੇ ਸ਼ੁਰੂ ਕਰ ਦਿਓ ਤੇ ਫਿਲਹਾਲ ਲਈ ਇਤਨਾ ਜੀ ਜੇ ਵੀਡੀਓ ਵਧੀਆ ਲੱਗਿਆ ਤਾਂ ਵਾਧੂਗਾ ਸ਼ੇਅਰ ਕਰੋ ਤੇ ਮਿਲਾਂਗੇ ਅਗਲੀ ਵੀਡੀਓ ਤਦ ਤੱਕ ਲਈ ਜਾਸ ਦਿਓ ਫਿਰ ਅਮਨ ਲਾ